ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਲਾਈਵ ਵੀਡੀਓ ਵੀਡੀਓ ਹੋਣੀ, ਅਸੀਂ ਲਾਈਵ ਹੋਏ ਸੀਗੇ ਤੇ ਸਾਡੀ ਪੂਰੀ ਗੱਲ ਹੋ ਨਹੀਂ ਸਕੀ ਉਸ ਲਾਈਵ ਵੀਡੀਓ ਦੇ ਵਿੱਚ। ਨੈਟਵਰਕ ਵੀਕ ਹੋਣ ਦੇ ਕਰਕੇ ਕਨੈਕਸ਼ਨ ਕੱਟਿਆ ਗਿਆ ਸੀਗਾ, ਜੋ ਕਿ ਮੈਂ ਵੀਡੀਓ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਆਹ ਜਗ੍ਹਾ ਜਿਹੜੀ ਸਾਨੂੰ ਸਰਦਾਰ ਰੁਪਿੰਦਰ ਸਿੰਘ ਗਰੇਵਾਲ ਨੇ ਦਿੱਤੀ ਹੈ ਜੀ। ਉਹਨਾਂ ਨੇ ਦਾਨ ਦੇ ਵਿੱਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵਾਸਤੇ, ਤੇ ਅਸੀਂ ਉੱਥੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਹੀ ਸੇਵਾ ਸੁਸਾਇਟੀ ਦਾ ਆਗਾਜ਼ ਕਰਨ ਜਾ ਰਹੇ ਹਾਂ ਜੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਬਜ਼ੁਰਗ ਬੰਦੇ ਜਿਹੜੇ ਸਾਡੇ ਕੋਲ ਮੈਂਟਲੀ ਤੇ ਫਿਜ਼ੀਕਲੀ ਡਿਸੇਬਲ ਬੰਦੇ ਸਾਡੇ ਕੋਲ ਰਹਿ ਰਹੇ ਆ, ਉਹ ਕਾਫੀ ਹੋਰ ਵੀ ਸਾਨੂੰ ਸੁਨੇਹੇ ਆ ਰਹੇ ਆ, ਹੋਰ ਵੀ ਕਾਫੀ ਬੰਦਿਆਂ ਨੂੰ ਲੋੜ ਆ ਸਾਡੇ ਸਹਿਯੋਗ ਦੀ, ਤੇ ਜੋ ਕਿ ਸਾਡੇ ਕੋਲ 14-15 ਜਣੇ ਇਸ ਟਾਈਮ ਰਹਿ ਵੀ ਰਹੇ ਆ, ਉਹਨਾਂ ਦੇ ਵਾਸਤੇ ਸਾਡੇ ਕੋਲ ਸਪੇਸ ਘੱਟ ਹੋਣ ਦੇ ਕਰਕੇ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸਾਨੂੰ ਬਹੁਤ ਵੀਰ ਤੇ ਭੈਣ ਫੋਨ ਕਰਦੇ ਰਹਿੰਦੇ ਸੀਗੇ ਜਾਂ ਫੋਟੋਆਂ ਭੇਜਦੇ ਸੀ ਵਟਸਐਪ ਤੇ ਵੀ ਇੱਥੋਂ ਵੀ ਇੱਕ ਬੰਦਾ ਜੀ ਜਾਂ ਉੱਥੋਂ ਵੀ ਇੱਕ ਬੰਦਾ ਲੈ ਕੇ ਆਉਣਾ, ਕਾਫੀ ਇੱਦਾਂ ਦੇ ਸਾਡੇ ਕੋਲ ਹੈਗੇ ਨੇ ਜੀ ਜਿਹੜੇ ਅਸੀਂ ਇਹਨਾਂ ਨੂੰ ਲਿਆਉਣਾ ਚਾਹੁੰਦੇ ਹਾਂ, ਪਰ ਸਾਡੇ ਕੋਲ ਜਗ੍ਹਾ ਦੀ ਘਾਟ ਨਾ ਹੋਣ ਕਰਕੇ ਨਹੀਂ ਲਿਆ ਸਕਦੇ। ਤੇ ਅਸੀਂ ਵੀਰੋ ਆਹ ਜਗ੍ਹਾ ਹੁਣ ਦਿੱਤੀ ਹੈ ਸਾਨੂੰ, ਜਿੱਦਾਂ ਮੈਂ ਤੁਹਾਨੂੰ ਦੱਸਿਆ ਵਾ ਅੰਕਲ ਜੀ ਨੇ, ਤੇ ਸਾਡਾ ਸਹਿਯੋਗ ਦਿਓ ਜੀ ਇਹਦੇ ਵਿੱਚ, ਇਹਨੂੰ ਡਿਵੈਲਪ ਕਰਨ ਦੇ ਵਿੱਚ, ਇਹਨੂੰ ਰੀਨੋਵੇਟ ਕਰਨ ਦੇ ਵਿੱਚ। ਜੋ ਆ ਬਿਲਡਿੰਗ ਤੁਸੀਂ ਵਿੱਚ ਦੇਖੀ ਹੈ ਬਣੀ ਹੋਈ, ਕੁਛ ਬਿਲਡਿੰਗ ਇਹਦੇ ਵਿੱਚ ਬਣੀ ਹੋਈ ਹੈਗੀ ਹੈ ਜੀ, ਤੇ ਇਹਨੂੰ ਅਸੀਂ ਕੁਛ ਠੀਕ ਕਰਕੇ ਹੁਣ ਤੇ ਇਹਨੂੰ ਆਪਦੇ ਕੰਮ ਦੇ ਵਿੱਚ ਲਵਾਂਗੇ। ਤੇ ਆਲੇ ਦੁਆਲੇ ਇਹਦੇ ਚਾਰ ਦੀਵਾਰੀ ਕਰਨੀ ਹੈ ਜੀ, ਜਿੰਨੀ ਕੁ ਸਾਡੇ ਬਜਟ ਦੇ ਮੁਤਾਬਕ ਹੋ ਸਕਦੀ ਹੈ। ਅਸੀਂ ਕੁਛ ਤਾਰਾਂ ਵਗੈਰਾ ਲਾ ਕੇ ਇੱਥੇ ਰਹਿਣ ਦਾ ਪ੍ਰਬੰਧ ਕਰ ਰਹੇ ਹਾਂ ਜੀ, ਕਿਉਂਕਿ ਇੱਥੇ ਦਰਖਤ ਬਹੁਤ ਜ਼ਿਆਦਾ ਸੀਗੇ ਆਲੇ ਦੁਆਲੇ, ਉਹਨਾਂ ਦੀ ਸਾਫ਼ ਸਫਾਈ ਤੇ ਥੱਲਿਓਂ ਜਿੰਨਾ ਵੀ ਸੀਗਾ ਕੰਮ ਉਹਦੀ ਸਾਰੀ ਸਾਫ਼ ਸਫਾਈ ਅਸੀਂ ਕਰਨ ਲੱਗੇ ਹੋਏ ਹਾਂ, ਤੇ ਇਹਦੇ ਵਿੱਚ ਸਾਡਾ ਸਹਿਯੋਗ ਦਿਓ ਵੀਰੋ ਤੇ ਭੈਣੋ, ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਮਨੁੱਖਤਾ ਦੀ ਸੇਵਾ ਦੀ ਬੜੀ ਲੋੜ ਹੈ ਜੀ, ਕਿਉਂਕਿ ਮਨੁੱਖ ਦਾ ਤਾਂ ਬਹੁਤ ਜ਼ਿਆਦਾ ਘਾਣ ਹੋ ਰਿਹਾ ਜੀ, ਕਿਉਂਕਿ ਅਸੀਂ ਜਿੱਦਾਂ ਦੇਖਦੇ ਹਾਂ ਜਾਂ ਅਸੀਂ ਇਸ ਗੁਰੂ ਮਹਾਰਾਜ ਨੇ ਡਿਊਟੀ ਲਾਈ ਆ, ਇਸ ਸੇਵਾ ਦੇ ਵਿੱਚ ਲੱਗੇ ਹੋਏ ਹਾਂ, ਬੜੀ ਮਾੜੀ ਹਾਲਤ ਦੇ ਵਿੱਚ ਬਜ਼ੁਰਗ ਜਾਂ ਵੀਰ ਨੌਜਵਾਨ ਸਾਨੂੰ ਮਿਲਦੇ ਆ, ਜਿਨ੍ਹਾਂ ਦੀ ਲੱਤਾਂ ਦੇ ਵਿੱਚ ਕੀੜੇ ਪਏ ਹੁੰਦੇ ਆ ਜਾਂ ਮੈਂਟਲੀ ਕੰਡੀਸ਼ਨ ਠੀਕ ਨਹੀਂ, ਜੋ ਕਿ ਬੰਦੇ ਸਾਲ ਸਾਲ 2 ਸਾਲਾਂ ਤੋਂ ਨਹਾਤੇ ਨਹੀਂ, ਕੱਪੜੇ ਨਹੀਂ ਧੁੱਤੇ, ਜਿਨ੍ਹਾਂ ਨੂੰ ਖਾਣ ਦਾ ਨਹਾਉਣ ਦਾ ਧੋਣ ਦਾ ਕੁਛ ਨਹੀਂ ਪਤਾ, ਤੇ ਉਹਨਾਂ ਵੀਰਾਂ ਦੀ ਹੈਲਪ ਕਰਨਾ ਯਾਨੀ ਕਿ ਬਹੁਤ ਵੱਡੀ ਸੇਵਾ ਜੀ। ਅਸੀਂ ਇਸ ਜ਼ਿੰਮੇਵਾਰੀ ਨੂੰ ਆਪਦੇ ਮੁੱਦਿਆਂ 'ਤੇ ਚੁੱਕਿਆ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਅਤੇ ਅਸੀਂ ਤੁਹਾਡਾ ਵੀ ਸਹਿਯੋਗ ਮੰਗਦੇ ਹਾਂ ਵੀ ਸਾਡਾ ਸਹਿਯੋਗ ਕਰੋ ਵੱਧ ਤੋਂ ਵੱਧ ਇੱਥੇ ਇਹਨਾਂ ਦੇ ਵਾਸਤੇ ਇੱਕ ਰਹਿਣ ਬਸੇਰਾ ਬਣਾਉਣ ਦੀ ਖਾਤਰ ਜਾਂ ਪੁਨਰਵਾਸ ਜਿਹੜਾ ਅਸੀਂ ਉਹਨਾਂ ਦਾ ਕਰਨਾ ਚਾਹੁੰਦੇ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹੁਣ ਤੱਕ ਅਸੀਂ 21 ਬੰਦਿਆਂ ਦੀ ਸੇਵਾ ਕਰ ਚੁੱਕੇ ਹਾਂ ਜੀ, ਜਿਹਦੇ ਵਿੱਚੋਂ 5 ਬੰਦੇ ਅਸੀਂ ਉਹਨਾਂ ਦੇ ਘਰੋਂ ਘਰ ਪਰਿਵਾਰ ਦੇ ਵਿੱਚ ਪਹੁੰਚਾ ਚੁੱਕੇ ਹਾਂ ਜੀ, ਅਤੇ ਬਾਕੀ ਵੀਰ ਸਾਡੇ ਕੋਲ ਰਹਿ ਰਹੇ ਆ ਜੀ ਇਸ ਟਾਈਮ, 16 ਬਜ਼ੁਰਗ ਅਤੇ ਨੌਜਵਾਨ ਮੁੰਡੇ, ਉਹਨਾਂ ਦੇ ਪਰਿਵਾਰਾਂ ਬਾਰੇ ਕੁਛ ਨਹੀਂ ਪਤਾ ਲੱਗ ਰਿਹਾ, ਉਹਨਾਂ ਦੀ ਮੈਂਟਲੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ।